मैं देश विदेश दियां समूह गुरु नानक नामदेव संगतां नूं दशहरे महल्ले दियां बहुत बहुत वधाइयां दिंदा। अज श्री चमकौर साहब जिथे आपां सभा दे वी जोड़ मेले मनाउंदे आ, शहीदी जोड़ मेले जिहड़े आ, ते अज जिहड़ा दशहरे दा जोड़ मेला जिथे श्रोमणी पंथ अकाली बुढ़ा दल पंजवां तखत उत्थे ही साडियां जिन्नियां वी नहिंग सिंह जथेबंदियां दे भावें हजूर साहब वी बहुत तरने दल बुढ़ा दल उत्थे वी पहुंचिया होया, पर इत्थे वी साडे बहुत सत्कारयोग हरियां वेलां दे महापुरख बाबा नागर सिंह जी, उत्थे ही बाबा कुलविंदर सिंह जी, बाबा राजा राज सिंह जी अरबां खरबां, बाबा चढ़ सिंह जी, संत बाबा मनमोहन सिंह जी बारन वाले, बाबा त्रिलोक सिंह जी ख्याला जी, उन्हां दे भचंगी सिंह, होर सारे गुरु दियां लाड़लियां घोड़सवार फौजां जिहड़ियां ने देश विदेश तों अज श्री चमकौर साहिब विखे पहुंचे आ, जिथे अज बदी ते नेकी दी जित दा प्रतीक दशहरा। अज दे दिन जिहड़ा खालसे ने दशहरा तां मनाया जांदा, आम कई जिहड़े नवीं पनीरी इहनां नूं पता नहीं कि सिख किवें दशहरा मनाउंदे ने। सो अज दे दिन जे रावण नूं मार के ते जिहड़ा उहदी खुशी जिहड़ा दशहरा मनाउंदे, ते खालसा पंथ जिहड़ा अज दे दिन मन्नू नूं सोध के, मीर मन्नू जिहने खालसे दे बहुत वड्डे जिहड़े जुल्म कीते सी, 80-80 रुपए सिंघां दे सिरां दे मुल पाए, ते उह मन्नू नूं सोध के अज दे जिहड़े उह अपने उदों तों लै के खालसे दी रवायत चली आ रही आ, महल्ले खेड़दे ने ते उह दशहरा मनाउंदे आ। ते मन्नू साडी दात्री, असीं मन्नू दे सोए, ਜਿਵੇਂ ਜਿਉਂ ਜਿਉਂ ਸਾਨੂੰ ਵੱਢਦਾ ਅਸੀਂ ਦੂਨ ਸਵਾਏ ਹੋਏ। ਸੋ ਅੱਜ ਖਾਲਸਾ ਪੰਥ ਜਿਹੜਾ ਮੰਨੂ ਨੂੰ ਸੋਧ ਕੇ ਤੇ ਉਦੋਂ ਤੋਂ ਲੈ ਕੇ ਰਵਾਇਤ ਚੱਲੀ ਆਉਂਦੀ ਹੈ, ਨਾਲ ਹੀ ਗੁਰਸਿੱਖਾਂ ਨੂੰ ਮੈਂ ਨੌਜਵਾਨ ਬੱਚਿਆਂ ਨੂੰ ਬੇਨਤੀ ਕਰਦਾ, ਜਿਨ੍ਹਾਂ ਨੇ ਗੁਰਸਿੱਖ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਗੁਰਸਿੱਖਾਂ ਨੇ, ਉਹ ਜ਼ਰੂਰ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਬਾਣੀ ਬਾਣੇ ਦੇ ਧਾਰਨੀ ਹੋਣ। ਨਾਲ ਹੀ ਨੌਜਵਾਨ ਜਿਹੜੇ ਸਾਡੇ ਬੱਚੇ ਨਸ਼ਿਆਂ ਦੇ ਆਦੀ ਹੋਏ ਨੇ, ਉਹ ਨਸ਼ਿਆਂ ਦਾ ਤਿਆਗ ਕਰਨ, ਮਾਤਾ ਪਿਤਾ ਦੇ ਆਗਿਆਕਾਰੀ ਬਣਨ, ਤੇ ਵਧੀਆ ਤਿਆਰ ਪ੍ਰਤਿਆਰ ਬਾਣੀ ਬਾਣਾ ਪੰਖ ਪਛਾਨੋ, ਸਿੰਘ ਗੁਰੂ ਕਾ ਪੰਛੀ ਜਾਨੋ, ਤਿਆਰ ਪ੍ਰਤਿਆਰ ਹੋਣ ਚੜ੍ਹਦੀ ਕਲਾ, ਜੋ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਨੇ ਇਸੇ ਜਗ੍ਹਾ ਜਿਹੜੀ ਹੈ ਸ੍ਰੀ ਚਮਕੌਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਭਜਨ ਕੀਤੇ ਸੀ, 1.25 ਲੱਖ ਸੇ ਏਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ। ਸੋ ਉਹ ਵੀ ਬਚਨ ਇੱਥੇ ਹੀ ਇਸੇ ਜਗ੍ਹਾ ਪੂਰੇ ਕੀਤੇ ਸੀ। ਇਹ ਗੁਰੂ ਦੀਆਂ ਲਾੜਲੀਆਂ ਨਿਹੰਗ ਸਿੰਘ ਫੌਜਾਂ ਜਿਹੜੀਆਂ ਨੇ, ਉਹ ਬਾਣੀ ਤੇ ਬਾਣਾ ਜਿਨ੍ਹਾਂ ਨੇ ਵਿਰਸਾ ਸਾਂਭਿਆ ਹੋਇਆ, ਬਹੁਤ ਗੁਰੂ ਸਾਹਿਬ ਦੀ ਕਿਰਪਾ, ਸਾਰੀਆਂ ਗੁਰੂ ਦੀਆਂ ਲਾੜਲੀਆਂ ਨਿਹੰਗ ਸਿੰਘ ਫੌਜਾਂ ਵੱਲੋਂ ਦੁਸਹਿਰੇ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਮੈਂ ਸਮੁੱਚੇ ਖਾਲਸਾ। ਮੈਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮਦੇਵ ਸੰਗਤਾਂ ਨੂੰ ਦੁਸਹਿਰੇ ਮਹੱਲੇ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ। ਅੱਜ ਸ੍ਰੀ ਚਮਕੌਰ ਸਾਹਿਬ ਜਿੱਥੇ ਆਪਾਂ ਸਭਾ ਦੇ ਵੀ ਜੋੜ ਮੇਲੇ ਮਨਾਉਂਦੇ ਹਾਂ, ਸ਼ਹੀਦੀ ਜੋੜ ਮੇਲੇ ਜਿਹੜੇ ਹੈ, ਤੇ ਅੱਜ ਜਿਹੜਾ ਦੁਸਹਿਰੇ ਦਾ ਜੋੜ ਮੇਲਾ ਜਿੱਥੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਉੱਥੇ ਹੀ ਸਾਡੀਆਂ ਜਿੰਨੀਆਂ ਵੀ ਨਿਹੰਗ ਸਿੰਘ ਜਥੇਬੰਦੀਆਂ ਦੇ ਭਾਵੇਂ ਹਜ਼ੂਰ ਸਾਹਿਬ ਵੀ ਬਹੁਤ ਤਰਨੇ ਦਲ ਬੁੱਢਾ ਦਲ ਉੱਥੇ ਵੀ ਪਹੁੰਚਿਆ ਹੋਇਆ, ਪਰ ਇੱਥੇ ਵੀ ਸਾਡੇ ਬਹੁਤ ਸਤਿਕਾਰਯੋਗ ਹਰੀਆਂ ਵੇਲਾਂ ਦੇ ਮਹਾਂਪੁਰਖ ਬਾਬਾ ਨਾਗਰ ਸਿੰਘ ਜੀ, ਉੱਥੇ ਹੀ ਬਾਬਾ ਕੁਲਵਿੰਦਰ ਸਿੰਘ ਜੀ, ਬਾਬਾ ਰਾਜਾ ਰਾਜ ਸਿੰਘ ਜੀ ਅਰਬਾਂ ਖਰਬਾਂ, ਬਾਬਾ ਚੜ੍ਹ ਸਿੰਘ ਜੀ, ਸੰਤ ਬਾਬਾ ਮਨਮੋਹਨ ਸਿੰਘ ਜੀ ਬਾਰਨ ਵਾਲੇ, ਬਾਬਾ ਤ੍ਰਿਲੋਕ ਸਿੰਘ ਜੀ ਖਿਆਲਾ ਜੀ ਉਹਨਾਂ ਦੇ ਭਚੰਗੀ ਸਿੰਘ, ਹੋਰ ਸਾਰੇ ਗੁਰੂ ਦੀਆਂ ਲਾੜਲੀਆਂ ਘੋੜਸਵਾਰ ਫੌਜਾਂ ਜਿਹੜੀਆਂ ਨੇ ਦੇਸ਼ ਵਿਦੇਸ਼ ਤੋਂ ਅੱਜ ਸ੍ਰੀ ਚਮਕੌਰ ਸਾਹਿਬ ਵਿਖੇ ਪਹੁੰਚੇ ਆ, ਜਿੱਥੇ ਅੱਜ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ। ਅੱਜ ਦੇ ਦਿਨ ਜਿਹੜਾ ਖਾਲਸੇ ਨੇ ਦੁਸਹਿਰਾ ਤਾਂ ਮਨਾਇਆ ਜਾਂਦਾ, ਆਮ ਕਈ ਜਿਹੜੇ ਨਵੀਂ ਪਨੀਰੀ ਇਹਨਾਂ ਨੂੰ ਪਤਾ ਨਹੀਂ ਕਿ ਸਿੱਖ ਕਿਵੇਂ ਦੁਸਹਿਰਾ ਮਨਾਉਂਦੇ ਨੇ। ਸੋ ਅੱਜ ਦੇ ਦਿਨ ਜੇ ਰਾਵਣ ਨੂੰ ਮਾਰ ਕੇ ਤੇ ਜਿਹੜਾ ਉਹਦੀ ਖੁਸ਼ੀ ਜਿਹੜਾ ਦੁਸਹਿਰਾ ਮਨਾਉਂਦੇ, ਤੇ ਖਾਲਸਾ ਪੰਥ ਜਿਹੜਾ ਅੱਜ ਦੇ ਦਿਨ ਮੰਨੂ ਨੂੰ ਸੋਧ ਕੇ, ਮੀਰ ਮੰਨੂ ਜਿਹਨੇ ਖਾਲਸੇ ਦੇ ਬਹੁਤ ਵੱਡੇ ਜਿਹੜੇ ਜ਼ੁਲਮ ਕੀਤੇ ਸੀ, 80-80 ਰੁਪਏ ਸਿੰਘਾਂ ਦੇ ਸਿਰਾਂ ਦੇ ਮੁੱਲ ਪਾਏ, ਤੇ ਉਹ ਮੰਨੂ ਨੂੰ ਸੋਧ ਕੇ ਅੱਜ ਦੇ ਜਿਹੜੇ ਉਹ ਆਪਣੇ ਉਦੋਂ ਤੋਂ ਲੈ ਕੇ ਖਾਲਸੇ ਦੀ ਰਵਾਇਤ ਚੱਲੀ ਆ ਰਹੀ ਹੈ, ਮਹੱਲੇ ਖੇਡਦੇ ਨੇ ਤੇ ਉਹ ਦੁਸਹਿਰਾ ਮਨਾਉਂਦੇ ਆ। ਤੇ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਵੇਂ ਜਿਉਂ ਜਿਉਂ ਸਾਨੂੰ ਵੱਢਦਾ ਅਸੀਂ ਦੂਨ ਸਵਾਏ ਹੋਏ। ਸੋ ਅੱਜ ਖਾਲਸਾ ਪੰਥ ਜਿਹੜਾ ਮੰਨੂ ਨੂੰ ਸੋਧ ਕੇ ਤੇ ਉਦੋਂ ਤੋਂ ਲੈ ਕੇ ਰਵਾਇਤ ਚੱਲੀ ਆਉਂਦੀ ਹੈ, ਨਾਲ ਹੀ ਗੁਰਸਿੱਖਾਂ ਨੂੰ ਮੈਂ ਨੌਜਵਾਨ ਬੱਚਿਆਂ ਨੂੰ ਬੇਨਤੀ ਕਰਦਾ, ਜਿਨ੍ਹਾਂ ਨੇ ਗੁਰਸਿੱਖ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਗੁਰਸਿੱਖਾਂ ਨੇ, ਉਹ ਜ਼ਰੂਰ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਬਾਣੀ ਬਾਣੇ ਦੇ ਧਾਰਨੀ ਹੋਣ। ਨਾਲ ਹੀ ਨੌਜਵਾਨ ਜਿਹੜੇ ਸਾਡੇ ਬੱਚੇ ਨਸ਼ਿਆਂ ਦੇ ਆਦੀ ਹੋਏ ਨੇ, ਉਹ ਨਸ਼ਿਆਂ ਦਾ ਤਿਆਗ ਕਰਨ, ਮਾਤਾ ਪਿਤਾ ਦੇ ਆਗਿਆਕਾਰੀ ਬਣਨ, ਤੇ ਵਧੀਆ ਤਿਆਰ ਪ੍ਰਤਿਆਰ ਬਾਣੀ ਬਾਣਾ ਪੰਖ ਪਛਾਨੋ, ਸਿੰਘ ਗੁਰੂ ਕਾ ਪੰਛੀ ਜਾਨੋ, ਤਿਆਰ ਪ੍ਰਤਿਆਰ ਹੋਣ ਚੜ੍ਹਦੀ ਕਲਾ, ਜੋ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਨੇ ਇਸੇ ਜਗ੍ਹਾ ਜਿਹੜੀ ਹੈ
श्री चमकौर साहब की पावन पवित्र धरती से भजन किए सी, सवा लाख से एक लड़ाऊं तबे गोबिंद सिंह नाम कहाऊं। सो ओ भी भजन इत्थे ही इसे जगह पूरे किए सी। ये गुरु दियां लाड़लियां निहंग सिंह फौजां जिहड़ियां ने ओह बाणी ते बाणा जिन्हां ने विरसा सांभिया होया, बहुत गुरु साहब की कृपा, सारियां गुरु दियां लाड़लियां निहंग सिंह फौजां वल्लों दशहरे दियां बहुत बहुत वधाइयां दिंदा मैं समुचे।